पर उन्होंने सारी ही रिहर्सल्स ਦੇ ਵਿੱਚ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਕੀਤਾ ਸੀਗਾ। ਕੋਈ ਵੀ ਕਮੀ ਨਹੀਂ ਸੀ। ਜਿਸ ਦਿਨ ਪਹਿਲੀ ਰਿਹਰਸਲ ਹੋਈ ਉਸ ਦਿਨ ਮੈਨੂੰ ਸੀਗਾ ਕਿ ਜਿਹੜਾ ਨੈਸ਼ਨਲ ਫਲੈਗ ਹੈ ਉਸ 'ਚ ਕਿਤੇ ਇੰਝ ਤਾਂ ਨਹੀਂ ਕਿ ਪ੍ਰੈਸ ਨਾ ਹੋਇਆ ਹੋਵੇ, ਧੁੱਲਿਆ ਨਾ ਹੋਵੇ। ਉਹਨਾਂ ਕੋਲ 4 ਨਵੇਂ ਖਰੀਦ ਕੀਤੇ ਹੋਏ ਰਾਸ਼ਟਰੀ ਝੰਡੇ ਸੀਗੇ, ਬਿਲਕੁਲ ਨਵੇਂ, ਤਾਂ ਕਿ ਇਹ ਨਾ ਹੋਵੇ ਕਿ ਅਲੱਗ ਅਲੱਗ ਸਾਈਜ਼ ਦੇ, ਕਿ ਛੋਟੇ ਸਾਈਜ਼ ਦਾ ਨਾ ਹੋ ਜਾਏ ਜਾਂ ਕੋਈ ਹੋਰ ਹੈ। ਡੋਰੀ ਦਾ ਵੀ 2 ਦਾ ਪ੍ਰਬੰਧ ਸੀਗਾ। ਜਿਹੜਾ ਪੋਲ ਹੈ ਇਸਦੇ ਉੱਤੇ ਕੱਲ੍ਹ ਯਾਨੀ ਕਿ ਸੋਮਵਾਰ ਨੂੰ ਵੀ 5 ਵਾਰੀ ਚੜ੍ਹਾ ਕੇ ਉਤਾਰ ਕੇ ਇਸ ਤਰੀਕੇ ਨਾਲ ਟੈਸਟ ਕੀਤਾ ਗਿਆ। ਮੈਨੂੰ ਲੱਗਦਾ ਹੈ ਕਿ ਕੋਈ ਉਹ ਜਿਵੇਂ ਹੁੰਦਾ ਹੈ ਕਿ ਉਹ ਮਤਲਬ ਹੈ ਕਿ ਉਹ ਅਟਕ ਨਾ ਜਾਏ, ਕਈ ਵਾਰ ਅਟਕਣ ਦੀ ਘਟਨਾ ਹੁੰਦੀ ਹੈ, ਉਹਦੇ ਕਰਕੇ ਥੋੜ੍ਹਾ ਜ਼ਿਆਦਾ ਜ਼ੋਰ ਲੱਗਣ ਨਾਲੇ ਹੋਇਆ, ਪਰ ਇਸ ਨੂੰ ਸੰਭਾਲ ਲਿਆ ਗਿਆ ਸੀਗਾ ਅਤੇ ਰਾਸ਼ਟਰੀ ਧਵਜ ਨੂੰ ਸਲਾਮੀ ਵਗੈਰਾ ਦੇ ਨਾਲ ਦੇਖੋ ਨਾ, ਸਭ ਬਾਰ ਉਸ ਬਾਰ ਨੂੰ ਕੰਪਲੀਟ ਰਿਹਰਸਲ ਦੇ ਕੀਤਾ ਗਿਆ ਬਾਵਜੂਦ ਵੀ ਇੰਨੀ ਵੱਡੀ ਇੰਸੀਡੈਂਟ ਹੋ ਜਾਣਾ, ਔਰ ਉਸ ਵੇਲੇ ਜਿਸ ਵੇਲੇ ਇਸੇ ਨੂੰ ਹੀ ਨਹੀਂ ਹੋਣਾ ਚਾਹੀਦਾ, ਇਹ ਆਪਾਂ ਇਨਸ਼ੋਰ ਕਰਾਂਗੇ ਨੈਕਸਟ ਟਾਈਮ। ਪਰ ਉਹਨਾਂ ਨੇ ਸਾਰੀ ਹੀ ਰਿਹਰਸਲਸ ਦੇ ਵਿੱਚ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਕੀਤਾ ਸੀਗਾ। ਕੋਈ ਵੀ ਕਮੀ ਨਹੀਂ ਸੀ। ਜਿਸ ਦਿਨ ਪਹਿਲੀ ਰਿਹਰਸਲ ਹੋਈ ਉਸ ਦਿਨ ਮੈਨੂੰ ਸੀਗਾ ਕਿ ਜਿਹੜਾ ਨੈਸ਼ਨਲ ਫਲੈਗ ਹੈ ਉਸ 'ਚ ਕਿਤੇ ਇੰਝ ਤਾਂ ਨਹੀਂ ਕਿ ਪ੍ਰੈਸ ਨਾ ਹੋਇਆ ਹੋਵੇ, ਧੁੱਲਿਆ ਨਾ ਹੋਵੇ। ਉਹਨਾਂ ਕੋਲ 4 ਨਵੇਂ ਖਰੀਦ ਕੀਤੇ ਹੋਏ ਰਾਸ਼ਟਰੀ ਝੰਡੇ ਸੀਗੇ, ਬਿਲਕੁਲ ਨਵੇਂ, ਤਾਂ ਕਿ ਇਹ ਨਾ ਹੋਵੇ ਕਿ ਅਲੱਗ ਅਲੱਗ ਸਾਈਜ਼ ਦੇ, ਕਿ ਛੋਟੇ ਸਾਈਜ਼ ਦਾ ਨਾ ਹੋ ਜਾਏ ਜਾਂ ਕੋਈ ਹੋਰ ਹੈ। ਡੋਰੀ ਦਾ ਵੀ 2 ਦਾ ਪ੍ਰਬੰਧ ਸੀਗਾ। ਜਿਹੜਾ ਪੋਲ ਹੈ ਇਸਦੇ ਉੱਤੇ ਕੱਲ੍ਹ ਯਾਨੀ ਕਿ ਸੋਮਵਾਰ ਨੂੰ ਵੀ 5 ਵਾਰੀ ਚੜ੍ਹਾ ਕੇ ਉਤਾਰ ਕੇ ਇਸ ਤਰੀਕੇ ਨਾਲ ਟੈਸਟ ਕੀਤਾ ਗਿਆ। ਮੈਨੂੰ ਲੱਗਦਾ ਹੈ ਕਿ ਕੋਈ ਉਹ ਜਿਵੇਂ ਹੁੰਦਾ ਹੈ ਕਿ ਉਹ ਮਤਲਬ ਹੈ ਕਿ ਉਹ ਅਟਕ ਨਾ ਜਾਏ, ਕਈ ਵਾਰ ਅਟਕਣ ਦੀ ਘਟਨਾ ਹੁੰਦੀ ਹੈ, ਉਹਦੇ ਕਰਕੇ ਥੋੜ੍ਹਾ ਜ਼ਿਆਦਾ ਜ਼ੋਰ ਲੱਗਣ ਨਾਲੇ ਹੋਇਆ, ਪਰ ਇਸ ਨੂੰ ਸੰਭਾਲ ਲਿਆ ਗਿਆ ਸੀਗਾ ਅਤੇ ਰਾਸ਼ਟਰੀ ਧਵਜ ਨੂੰ ਸਲਾਮੀ ਵਗੈਰਾ ਦੇ ਨਾਲ ਦੇਖੋ ਨਾ, ਸਭ ਬਾਰ ਉਸ ਨੂੰ ਬਾਰ ਕੰਪਲੀਟ ਰਿਹਰਸਲ ਦੇ ਕੀਤਾ ਗਿਆ ਬਾਵਜੂਦ ਵੀ ਇੰਨੀ ਵੱਡੀ ਇੰਸੀਡੈਂਟ ਹੋ ਜਾਣਾ, ਔਰ ਉਸ ਵੇਲੇ ਜਿਸ ਵੇਲੇ ਇਸੇ ਨੂੰ ਹੀ ਨਹੀਂ ਹੋਣਾ ਚਾਹੀਦਾ, ਇਹ ਆਪਾਂ ਇਨਸ਼ੋਰ ਕਰਾਂਗੇ ਨੈਕਸਟ।